ਪਾਈ ਸਾਹਿਬ ਕਹਿੰਦੇ ਉਹ ਫਿਰ ਵੀ ਸੋਭਾ ਪਾਉਂਦੇ ਕਿਉਂ ਉਹਨਾਂ ਦਾ ਮਾਲਕ ਨਾਲ ਸੰਬੰਧ ਜੁੜਿਆ ਹੈ ਉਹ ਮਾਲਕ ਵਾਲੇ ਨੇ ਮਾਲਕ ਦੇ ਦਰ ਦੀਆਂ ਗੱਲਾਂ ਮਾਲਕ ਦੀ ਗੱਲ ਨੂੰ ਮੰਨਿਆ ਮਾਲਕ ਦੇ ਘਰ ਵਿੱਚ ਜੁੜੇ ਹੋਏ ਨੇ ਤਾਂ ਉਹ ਸੋਭਾ ਦੇ ਘਰ ਬਣੇ ਹੋਏ ਨੇ ਭਾਈ ਸਾਹਿਬ ਕਹਿੰਦੇ ਐਸੇ ਤਰ੍ਹਾਂ ਜਿਹੜਾ ਆ ਕੇ ਮਾਲਕ ਨਾਲ ਜੁੜ ਗਿਆ ਸਤ ਸੰਗਤ ਕੈਸੀ ਜਾਣੀਏ ਜੁੜਨ ਦਾ ਤਰੀਕਾ ਔਰ ਕਹਿੰਦੇ ਜਿੱਥੈ ਏਕੋ ਨਾਮ ਵਖਾਣੀਏ ਜਿੱਥੇ ਕੇਵਲ ਇੱਕ ਭਗਵਾਨ ਦਾ ਨਾਮ ਹੈ ਉਸ ਸਤ ਸੰਗਤ ਪਰਿਵਾਰ ਵਿੱਚ ਆ ਏਕੋ ਨਾਮ ਹੁਕਮ ਹੈ ಪರಿਪੂਰਨ ਪ੍ਰਮਾਤਮਾ ਦਾ ਹੁਕਮ ਏ ਨਾਮ ਜਪ ਨਾਮ ਨਾਲ ਪਾਰ ਉਤਾਰੈ ਨਾਮ ਨਾਲ ਜਪ ਕੇ ਨਾਮੀ ਪ੍ਰਮਾਤਮਾ ਤੱਕ ਪਹੁੰਚਿਆ ਜਾਣੈ ਜੇ ਉਹਦਾ ਮਨ ਵਿੱਚ ਚਿੰਤਨ ਹੀ ਨਹੀਂ ਚੇਤਾ ਹੀ ਨਹੀਂ ਤੇ ਮਿਲਾਂਗੇ ਕੀ ਖਾਕ ਜਿਹਦੀ ਯਾਦ ਹੀ ਨਹੀਂ ਆਏ ਤੇ ਔਰ ਉਹਦੇ ਨਾਲ ਮਿਲਾਪ ਕੀ ਹੋਵੇਗਾ ਪ੍ਰੇਮ ਨਹੀਂ ਬਣੇਗਾ ਜਿਹਦੇ ਨਾਲ ਪ੍ਰੇਮ ਮਾਲਕ ਨਾਲ ਉਹ ਵਾਰ-ਵਾਰ ਉਹਦਾ ਚਿੰਤਨ ਹੋਵੇਗਾ ਚੇਤਾ ਆਵੇਗਾ ਮਹਾਰਾਜ ਕਹਿੰਦੇ ਏਕੋ ਨਾਮ ਹੁਕਮ ਹੈ ਨਾਮ ਜਪਨਾ ਮਾਲਕ ਦਾ ਹੁਕਮ ਹੈ ਨਾਨਕ ਸਤਗੁਰੂ ਦੀ ਆਭੁਜਾਈ ਜਿਉ ਸਤਗੁਰੂ ਨੇ ਸੂਤ ਬਖਸ਼ੀ ਕਿ ਨਾਮ ਨੂੰ ਜਪ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਜਪ ਮਨ ਸਤ ਨਾਮ ਸਦਾ ਸਤ ਨਾਮ ਜਪੋ ਤਾਂ ਏਕੂ ਨਾਮਾ ਅਵਰ ਨਰਾਫਲ ਕਾਮਾ ਉਹ ਨਾਮ ਨੂੰ ਜਪ ਤਾਂ ਪਾਰ ਉਤਾਰਾ ਹੋਣਾ ਹੀ ਉਹ ਗੁਰ ਸਿੱਖ ਪਿਆਰੇ ਚਰਖੜੀ ਤੇ ਚੜੇ ਵੀ ਮੁਸਕਰਾਉਂਦੇ ਨੇ ਉਹ ਦੁੱਖ ਆਇਆ ਤੇ ਤਾਂ ਵੀ ਮਾਲਕ ਨਾਲ ਜੁੜੇ ਨੇ ਤੇ ਕਦੇ ਮੌਜ ਵਿੱਚ ਆਏ ਰੱਬ ਨਾਲ ਜੁੜਿਆ ਨੇ ਨੇਤਰ ਵੀ ਸੇਜਲ ਹੋ ਜਾਂਦੇ ਵਾਗ ਦੇ ਵਿੱਚ ਕਹਿੰਦੇ ਗੱਲ ਆ ਜੁੜੇ ਹੋਣ ਦੀ ਮਾਲਕ ਦੀ ਯਾਦ ਦੀ ਅਗਰ ਉਹ ਹਿਰਦੇ ਵਿੱਚ ਨਹੀਂ ਆਈ ਤੇ ਸਜਨਾ ਜੀ ਆਪਾ ਮਟਾਇਆ ਨਹੀਂ ਆਪਣੇ ਵਿੱਚ ਬਦਲਾਉ ਨਹੀਂ ਲਿਆਂਦਾ ਨਾ ਬਾਹਰ ਦੀ ਦੁਨੀਆ ਵਿੱਚ ਦੁਫੇੜੇ ਪੈ ਜਾਂਦੇ ਨੇ ਤੇ ਜੇ ਆਪਣੇ ਆਪ ਨੂੰ ਚੇਂਜ ਨਹੀਂ ਕੀਤਾ ਬਦਲਾਅ ਨਹੀਂ ਕੀਤਾ ਰੱਬ ਨਾਲ ਵੀ ਤੇਰਾ ਰਾਬਤਾ ਕਾਇਮ ਨਹੀਂ ਹੋਣਾ ਰੱਬ ਨਾਲ ਰਾਬਤਾ ਤਦੂ ਕਾਇਮ ਹੋਣੀ ਜਦੋਂ ਆਪਣੇ ਇਸ ਲੋਕ ਦੇ ਖਿਆਲات ਛੱਡੇ ਜੇ ਬੀਬੀ ਸੰਸਾਰ ਵਿੱਚ ਰਹਿੰਦੀ ਪੇਕੇ ਪਰਿਵਾਰ ਵਾਂਗੂੰ ਜਿਵੇਂ ਪੁੱਤਰੀ ਬਣ ਕੇ ਜਿੱਦ ਕਰ ਲਈ ਮੈਂ ਨਹੀਂ ਆ ਕਰਨਾ ਉਹ ਨਹੀਂ ਕਰਨਾ ਔਰ ਗੱਲ ਮੰਨਣਾ ਜਾਂ ਉਵੇਂ ਹੀ ਹਾਸੂਹੀਨੀਆਂ ਗੱਲਾਂ 'ਚ ਰਹਿ ਗਈ ਅਗਲੇ ਘਰ ਦੀ ਸੋਭਾ ਨਹੀਂ ਬੰਦੀ ਅਗਲੇ ਘਰ ਵਿੱਚ ਔਰ ਉਹ ਜੇ ਮਾਹੌਲ ਵਿੱਚ ਰਹਿਣਾ ਉਹਨਾਂ ਗੁਣਾਂ ਨੂੰ ਅਪਣਾ ਤੇ ਮਹਾਰਾਜ ਕਹਿੰਦੇ ਦੁਨੀਆਂ ਦੇ ਵਿੱਚ ਜਿਵੇਂ ਤੁਰਿਆ ਫਿਰਦਾ ਦਾਤੇ ਦੇ ਘਰ ਦੀ ਸ਼ੋਭਾ ਨਹੀਂ ਉਹ ਬੰਨੀ ਦਾਤੇ ਵਾਲੇ ਗੁਣ ਅਪਣਾ ਉਹਦੇ ਘਰ ਵਿੱਚ ਕਿਵੇਂ ਰਿਆ ਦਾਣਾ ਮੇਰੇ ਮਾਲਕ ਨੂੰ ਕੀ ਚੰਗਾ ਲੱਗਣਾ ਹੈ ਤੂੰ ਮਾਲਕ ਨਾਲ ਜਿਹਦੇ ਜੁੜਨਾ ਹੈ ਉਹਦੇ ਮਾਰਗ ਤੇ ਤੁਰਨਾ ਹੈ ਉਹਦੀ ਗੱਲ ਮੰਨਣ ਨੂੰ ਤਿਆਰ ਨਹੀਂ ਤੇ ਪਰਵਾਨਤ ਕਿਵੇਂ ਹੋਵੇਂਗਾ ਤੈਨੂੰ ਮਾਲਕ ਦਾ ਪਰਿਵਾਰ ਚੰਗਾ ਨਹੀਂ ਤੇ ਤੇਰਾ ਭਲਾ ਕਿੱਥੇ ਹੋਵੇਗਾ مالک ਦੇ ਦਰ ਵਿੱਚ ਪਹੁੰਚਣਾ ਤੇ ਸਜਣਾ ਸੰਸਾਰ ਦੀਆਂ ਵਿਚਾਰਾਂ ਸੰਸਾਰ ਦੇ ਖਿਆਲਤ ਸਭ ਕੁਝ ਚੇਂਜ ਕਰਨਾ ਪਵੇਗਾ ਬਦਲਾਉ ਕਰਨਾ ਪਵੇਗਾ ਫਿਰ مالک ਦੇ ਵਿੱਚ ਤੇਰਾ ਮਿਲਾਪ ਹੋਵੇਗਾ ਭਾਈ ਸਾਹਿਬ ਅਗਲੇ ਕਵਿਤ ਦੇ ਦੁਆਰਾ ਕਿਰਪਾ ਕਰਦੇ ਨੇ ਕਹਿੰਦੇ ਜੈਸੀ ਕਾਛੀ ਫਲ ਹਿਤ ਬਿਬਦ ਬਿਰਖ ਰੂਪੈ ਕਾਚੀ ਦਾ ਅਰਥ ਅਰ ਰਾਈ ਵੀ ਕਰਦੇ ਨੇ ਤੇ ਕਾਚੀ ਦਾ ਅਰਥ ਅੱਜ ਦੇ ਸਹਾਵਨਾ ਨੂੰ ਮਾਲੀ ਕਰ ਲਓ ਕਿ ਮਾਲੀ ਜਿਸ ਤਰ੍ਹਾਂ ਕੋਈ ਸਬਜ਼ੀ ਲਾਉਣ ਵਾਲਾ ਬਗੀਚਾ ਲਾਉਣ ਵਾਲਾ ਬਾਗ ਲਾਉਣ ਵਾਲਾ ਬਾਗਵਾਨ ਫਲਦਰ ਪੌਦਿਆਂ ਨੂੰ ਲਾਉਣ ਵਾਲਾ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਸ ਕਦਰ ਇੱਕ ਮਾਲੀ ਇੱਕ ਰਾਈ ਅਰ ਜਿਹੜਾ ਹੈ ਉਹ ਸਬਜ਼ੀ ਲਾਂਦਾ ਫੁੱਲਾਂ ਵਾਲੇ ਫਲਾਂ ਵਾਲੇ ਤਰ੍ਹਾਂ ਤਰ੍ਹਾਂ ਦੇ ਬੂਟੇ ਰੂਪੈ ਰੋਕਦਾ ਲਗਾਉਂਦਾ ਉਹਨਾਂ ਨੂੰ ਪਾਲਦਾ ਪੋਸ਼ਦਾ ਵਿਭਦ ਆਨੇਕਾਂ ਪ੍ਰਕਾਰ ਦੇ ਕਹਿ ਲੱਗੇ ਨੇਫਲ ਰਹਿ ਬਿਰਖ ਨਾਕਾਹੂ ਕਾਜ ਹੈ ਉਹਨੇ ਤਾਂ ਸਾਰੇ ਪੌਦੇ ਇਸੇ ਵਾਸਤੇ ਲਾਏ ਨਾ ਕਿ ਇਹਨੂੰ ਇਸ ਤਰ੍ਹਾਂ ਦਾ ਫਲ ਲੱਗੇ ਇਹ ਐਸ ਫਲ ਦਾ ਬੂਟਾ ਹੈ ਅਨਾਰ ਦਾ ਪੌਦਾ ਲਾਇਆ ਅਨਾਰਾਂ ਵਾਸਤੇ ਕੇਲੇ ਦਾ ਪੌਦਾ ਲਾਇਆ ਕੇਲਿਆਂ ਵਾਸਤੇ ਅਮਰੂਦ ਨੂੰ ਅਮਰੂਦ ਫਲ ਲੱਗੇ ਕਹਿੰਦੇ ਵੱਖ-ਵੱਖ ਫਲ ਦਾ ਰਬੂਟੇ ਨੇ ਉਹਨਾਂ ਨੂੰ ਫਲੀ ਭੂਤ ਹੋਣ ਵਾਸਤੇ ਲਾਇਆ ਅਗਰ ਉਹਨਾਂ ਵਿੱਚੋਂ ਬੂਟਾ ਜਿਹੜਾ ਫਲੀ ਭੂਤ ਨਹੀਂ ਹੋਇਆ ਉਹ ਮਾਲਕ ਦੇ ਕਿਸ ਕਾਮਿਆਂ ਉਹ ਮਾਲੀ ਦੇ ਰਾਈ ਦੇ ਕਿਸ ਕਾਮ ਆ ਉਹ ਕਹੇਗਾ ਇਹਦਾ ਪਾਲਨ ਪੋਸ਼ਣ ਕੀਤਾ ਨੇਫਲ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਪਰੀਪੂਰਨ ਪਰਮਾਤਮਾ ਨੇ ਵੀ ਇਹ ਸੰਸਾਰ ਬਗੀਚਾ ਲਾਇਆ ਹੈ ਤਿਸ ਬਾਗੀਚੇ ਵਿੱਚ ਹਰ ਪੌਦਾ ਪਰਮਾਤਮਾ ਦਾ ਆਪਣਾ ਲਾਇਆ ਹੋਇਆ ਹੈ ਪਰੀਪੂਰਨ ਪਰਮਾਤਮਾ ਨੇ ਇਹ ਲੋਕਾਈ ਨੂੰ ਆਪ ਬਣਾਇਆ ਹੋਇਆ ਹੈ ਤੇ ਇਹਦੇ ਅੰਦਰ ਜਿਵੇਂ ਉਹ ਮਾਲੀ ਨੂੰ ਔਰ ਉਹ ਪੌਦਾ ਚੰਗਾ ਨਹੀਂ ਲੱਗਾ ਉਹਨੇ ਜਾਣਿਆ ਬਈ ਇਹਦੇ ਤੇ ਕੀਤੀ ਮਿਹਨਤ ਇਹਦੀ ਰੋਕੀ ਹੋਈ ਜਗਾ ਅਜ ਅਜ਼ਾਇਆ ਸਭ ਕੁਝ ਸਮਾਂ ਜਗਾ ਸਭ ਕੁਝ ਮੇਰੀ ਕੀਤੀ ਮਿਹਨਤ ਅਜ਼ਾਈ ਚਲੀ ਗਈ ਕਿਉਂਕਿ ਨੂੰ ਫਾਲੀ ਕੋਈ ਨਹੀਂ ਲੱਗਾ ਇਹਨੂੰ ਫੋਲੀ ਕੋ ਨਹੀਂ ਲੱਗਾ ਕਹਿੰਦੇ ਪਰੀ ਪੂਰਨ ਪਰਮਾਤਮਾ ਨੇ ਜਿੰਨੇ ਬ੍ਰਿਸ਼ ਲਾਏ ਨੇ ਸ਼ਰੀਰਾਂ ਰੂਪੀ ਇਹਨੂੰ ਸਮਝਿਓ ਜੇ ਆਪਾਂ ਸਾਰੇ ਬ੍ਰਿਸ਼ੀ ਪਰਮਾਤਮਾ ਦੇ ਲਾਏ ਹੋਏ ਆ ਜਿੰਨੇ ਲਾਏ ਹੋਏ ਨੇ ਅਗਰ ਕਿਸੇ ਨੂੰ ਸ਼ਰਧਾ ਕਿਸੇ ਨੂੰ ਪ੍ਰੇਮ ਕਿਸੇ ਨੂੰ ਸੇਵਾ ਕਿਸੇ ਨੂੰ ਸਿਮਰਨ ਕਿਸੇ ਨੂੰ ਲੋਕ ਭਲਾਈ ਕਿਸੇ ਨੂੰ ਰੱਬ ਵਾਲੇ ਪਾਸੇ ਨੂੰ ਚੱਲਣਾ ਕਿਸੇ ਨੇ ਜਪਣਾ ਕਿਸੇ ਸੁਰਤ ਜੋੜਨੀ ਕਿਸੇ ਨੇ ਲਿਆ ਕੇ ਕਿਸੇ ਨੂੰ ਸੰਗਤ ਵਿੱਚ ਲੈ ਕੇ ਆਉਣਾ ਇਹ ਵੱਖ-ਵੱਖ ਤਰ੍ਹਾਂ ਦੇ ਫਲ ਨੇ ਇਹਨਾਂ ਆਖੇ ਮੇਰੇ ਵਰਗਾ ਮੈਂ ਕਥਾ ਕਰ ਲੈਣਾ ਤੇ ਬਾਕੀਆਂ ਨੂੰ ਪਤਾ ਹੀ ਕੋਈ ਨਹੀਂ ਜੀ ਬਸ ਨਹੀਂ ਉਹਦੇ 'ਚ ਕੋਈ ਹੋਰ ਗੁਣ ਆ ਇੱਕ ਕੀਰਤਨੀਆ ਕੀਰਤਨ ਕਰ ਲੈਂਦਾ ਹੈ ਅਰ ਤੁਰਨ ਫਿਰਨ ਵਾਲੇ ਚ ਕੋਈ ਹੋਰ ਗੁਣਿਆ ਤੁਸੀਂ ਜਿਹੜਾ ਕੰਮ ਕਰ ਸਕਦੇ ਹੋ ਨਾ ਲੁਕਾਈ ਵਾਸਤੇ ਮੈਂ ਨਹੀਂ ਕਰ ਸਕਦਾ ਮੇਰੇ ਤੋਂ ਨਹੀਂ ਹੋ ਆਉਣਾ ਅਰ ਜਿਹੜਾ ਤੁਸੀਂ ਕਰ ਸਕਦੇ ਹੋ ਉਹ ਤੁਸੀਂ ਕਰ ਸਕਦੇ ਹੋ ਕੋਈ ਸੰਗਤ ਨੂੰ ਕਿਸੇ ਉਪਰਾਲੇ ਨਾਲ ਜੋੜਦਾ ਤੇ ਕੋਈ ਕਿਸੇ ਉਪਰਾਲੇ ਨਾਲ ਰੱਬ ਵੱਲ ਨੂੰ ਤੁਰਦਾ ਇਹਨਾ ਹੌਮੇ ਕਰ ਲੈ ਤਾਂ ਸਾਡੀ ਹੌਮੇ ਹੁੰਦੀ ਆ ਕਿ ਮੇਰੇ ਨ ਵਰਗਾ ਕੌਣ ਨੇ ਜੀ ਬਾਕੀ ਤਾਂ ਸਾਰੇ ਨਹੀਂ ਇਹ ਹੌਮੇ ਨਹੀਂ ਕਰਨੀ ਭਾਈ ਸਾਹਿਬ ਕਹਿੰਦੇ ਬਈ ਹਰ ਪ੍ਰਕਾਰ ਦਾ ਬਿਰਸ਼ੇ ਤੇ ਮਾਲੀ ਨੇ ਪੌਦੇ ਤਰ੍ਹਾਂ-ਤਰ੍ਹਾਂ ਦੇ ਲਾਏ ਤੇ ਜੇ ਆਖੇ ਬਈ ਸਾਰਿਆਂ ਤੋਂ ਇੱਕੋ ਜਿਹਾ ਫਲ ਲਵੇ ਇਹ ਥੋੜਾ ਹੁੰਦਾ ਵੱਖਰੇ-ਵੱਖਰੇ ਫਲ ਨੇ ਤੇ ਪ੍ਰਮਾਤਮਾ ਨੇ ਬਾਗੀਚਾ ਬਣਾਇਆ ਹੈ ਸੰਸਾਰ ਤੇ ਇਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਜੀਵ ਨੇ ਇਹਨਾਂ ਤੋਂ ਤਰ੍ਹਾਂ ਤਰ੍ਹਾਂ ਦੇ ਫਲ ਪੈਦਾ ਹੁੰਨੇ ਆ ਤਰ੍ਹਾਂ ਤਰ੍ਹਾਂ ਦੇ ਗੁਣ ਇਹਨਾਂ ਤੋਂ ਪ੍ਰਗਟ ਹੋਮਣੇ ਆ ਭਾਈ ਸਭ ਕਹਿੰਦਿਆ ਉਹ ਪੌਦਾ ਨੇਫਲੇ ਜਿਹਨੂੰ ਕੋਈ ਵੀ ਫਲ ਨਹੀਂ ਲੱਗਿਆ ਉਹ ਸ਼ਰੀਰ ਵੀ ਵਿਅਰਥ ਆ ਸੰਸਾਰ ਦੇ ਅੰਦਰ ਜਿੱਦੇ ਅੰਦਰ ਕੋਈ ਗੁਣ ਨਹੀਂ ਉਪਜਿਆ ਜਿੰਨੇ ਕੋਈ ਗੁਣ ਵੀ ਪਰਮਾਤਮਾ ਵਾਲਾ ਧਰਨ ਨਹੀਂ ਕੀਤਾ ਉਹ ਵਿਅਰਥ ਹੈ ਉਹ ਕਿਸੇ ਕੰਮ ਦਾ ਨਹੀਂ ਭਾਈ ਸਾਹਿਬ ਕਹਿੰਦੇ ਸੰਤਤ ਨਮਿਤ ਨਿਰਪ ਅਨਕ ਵਿਵਾਹਾ ਕਰ ਰਾਦਿਆਂ ਨੇ ਸੰਤਾਨ ਪ੍ਰਾਪਤੀ ਲਈ ਕਈ ਕਈ ਵਿਆਹ ਕੀਤੇ ਤੇ ਭਾਈ ਸਾਹਿਬ ਕਹਿੰਦਿਆ ਸੰਤਤ ਬੇਹੂਨ ਬਣਤਾ ਨਾ ਗਰੇ ਸ਼ਾਜ ਹੈ ਕਹਿੰਦੇ ਰਾਣੀਆਂ ਜਿੰਨੀਆਂ ਮੀਨੇ ਰਾਧਿਆਂ ਦੀਆਂ ਜਿਹਦੇ ਉਦਰ ਤੋਂ ਸੰਤਾਨ ਪੈਦਾ ਹੋ ਜਾਵੇ ਉਹਦਾ ਸਾਰਿਆਂ ਤੋਂ ਵਿਸ਼ੇਸ਼ ਸਤਕਾਰ ਹੁੰਦਾ ਹੈ ਤੇ ਸਾਰਿਆਂ ਨਾਲੋਂ ਅਰ ਸ਼ਬੀ ਉਹਦੀ ਜ਼ਿਆਦਾ ਸੋਭਾ ਤੇ ਸੁਨਾਈ ਤੇ ਜਿਹਦੇ ਸੰਤਾਨ ਨਾ ਪੈਦਾ ਹੋਵੇ ਕਹਿੰਦੇ ਆ ਉਹਦੀ ਸੋਭਾ ਨਹੀਂ ਉਹਦਾ ਸਤਕਾਰ ਨਹੀਂ ਸੰਸਾਰ ਵਿੱਚ ਲੁਕਾਈ ਸਾਰੀ ਪ੍ਰਮਾਤਮਾ ਦੀ ਠਾਕੁਰ ਏਕ ਹੋਰ ਸਗਲੀ ਨਾਰ ਸੁਬਾਈ ਜਿਹਦੇ ਹਿਰਦੇ ਵਿੱਚ ਗਿਆਨ ਪ੍ਰਗਟ ਨਹੀਂ ਪਰਮਾਤਮਾ ਦਾ ਧਿਆਨ ਪ੍ਰਗਟ ਨਹੀਂ ਪਰਮਾਤਮਾ ਦਾ ਪ੍ਰੇਮ ਪ੍ਰਗਟ ਨਹੀਂ ਮਹਾਰਾਜ ਸਾਹਿਬ ਕਹਿੰਦੇ ਆ ਉਹਦਾ ਜੀਵਨ ਐ ਉਹ ਜਾਇ ਜਿਵੇਂ ਰਾਦੇ ਦੀ ਰਾਣੀ ਦੇ ਘਰ ਅੰਦਰ ਸੰਤਾਨ ਨਾ ਪੈਦਾ ਹੋਈ ਹੋਵੇ ਤੇ ਜਿਹਦੇ ਅੰਦਰ ਪਰਮਾਤਮਾ ਦਾ ਗਿਆਨ ਰੂਪ ਪੁੱਤਰ ਪੈਦਾ ਹੋ ਗਿਆ ਨਾ ਕਹਿੰਦੇ ਉਹਦਾ ਸਾਰੀ ਲੁਕਾਈ ਨਾਲੋਂ ਅਦਕ ਸਤਕਾਰ ਹੈ ਅਦਕ ਵੱਡਾ ਸਤਕਾਰ ਹੈ ਔਰ ਭਾਈ ਸਾਹਿਬ ਕਹਿੰਦੇ ਦੂਜਿਆਂ ਦਾ ਗ੍ਰਹਿ ਘਰ ਦੇ ਅੰਦਰ ਸੋਭਾ ਨਹੀਂ ਸੰਸਾਰ ਦੇ ਵਿੱਚ ਰਹਿਣਿਆ ਜਿਹਦੇ ਵਿੱਚ ਕੋਈ ਗੁਣ ਨੀ ਨਾ ਪ੍ਰਗਟ ਹੋਇਆ ਯਾਦ ਰੱਖਣਾ ਉਹ ਤਨ ਨੂੰ ਜਿੰਨਾ ਮਰਜੀ ਸਜਾ ਕੇ ਤੁਰਿਆ ਫਿਰੇ ਉਹਦੀ ਸੋਭਾ ਨੀ ਜੇ ਬੰਦੀ ਨਾਉ ਸਤਸੰਗੀ ਨਾ ਸਤਸੰਗਤ ਦੀ ਸੇਵਾ ਕੋਈ ਗੁਣ ਵੀ ਨਹੀਂ ਤੇ ਸਦਨੋਂ ਔਰ ਉਹਦੇ ਪਰਮਾਤਮਾ ਦੇ ਘਰ ਵਿੱਚ ਕੋਈ ਵੀ ਜਿਹੜੀ ਅਹਿਮੀਅਤ ਨਹੀਂ ਬਿਨਾ ਗੁਣਾ ਤੋਂ ਔਰ ਔਗਣਿਆਰੀ ਮਨਸ ਹੈ ਭਲੋ ਨਾ ਕਹੇ ਕੋਈ ਭਾਈ ਗੁਰਦਾਸ ਸਾਹਿਬ ਕਹਿੰਦੇ ਵਿਦਿਆ দান ਜਨ ਜੈਸੇ ਪੰਦਾ ਚੱਟ ਸਾਲ ਜੁਰੈ ਕਹ ਲੱਗੇ ਵਿਦਿਆ ਦਾ দান ਕਰਨਾ ਵਿਦਿਆ ਨੂੰ ਪੜਾਉਣਾ ਤੇ ਇਹ ਜਿਹੜਾ ਪਾਠਸ਼ਾਲਾ ਦੇ ਵਿੱਚ ਪੜਾਉਣ ਵਾਲਾ ਪੰਦਾ ਵਿਦਿਆਰਥੀ ਜਨਾਂ ਨੂੰ ਇਕੱਠੀ ਕਰਦਾ ਉਹਨੇ ਕਾਲਜ ਸਕੂਲ ਬਣ ਗਏ ਜੀ ਪਹਿਲਾਂ ਨਹੀਂ ਸੀ ਪਹਿਲਾਂ ਪਾਠਸ਼ਾਲਾਂ ਸਨ ਪੜਨ ਵਾਸਤੇ ਤੇ ਵਿਦਿਆਲੇ ਮੁਦਰਾਤ ਸੇ ਸਨ ਉੱਥੋਂ ਇਹ ਵਿਦਿਆ ਹਾਸਲ ਕਰੀ ਜਾਂਦੀ ਸੀ ਰਾਜਿਆਂ ਦਾ ਇੱਕ ਵੱਖਰਾ ਪਾਠ ਹੁੰਦਾ ਸੀ ਉਹਨਾਂ ਨੇ ਆਪਣੇ ਅਰ ਕੁੰਵਰ ਬਣਾ ਨੂੰ ਜਿਹੜੀ ਵਿਦਿਆਲੀ ਵੱਖਰਾ ਪ੍ਰਬੰਧ ਕੀਤਾ ਉਹਨਾਂ ਆਮ ਜਨਤਾ ਲਈ ਵੱਖਰਾ ਹੋਣਾ ਔਰ ਕਹਿੰਦੇ ਬਈ ਉਹ ਪਾਠਸ਼ਾਲਾ ਵਿੱਚ ਪਾਉਂਦਾ ਇਸ ਲਈ ਵਿਦਿਆਰਥੀ ਇਕੱਠੇ ਕਰਦਾ ਹੈ ਕਿ ਵਿਦਿਆ ਪੜ੍ਹ ਕੇ ਔਰ ਤਮੇ ਜਿਹੜੀ ਆ ਵਿਦ ਵਿਦਵਾਨ ਬਣ ਤੇ ਮਹਾਰਤ ਹਾਸਲ ਕਰ ਲੈਣ ਭਾਈ ਗੁਰਦਾਸ